ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸ਼ਸ਼ਟਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂ ਐਸ ਸੀ ਟੀਵੀ ਮੈਸੁਰ ਵੀ। ਖਬਰਾਂ ਦੇ ਬੁਲੇਟਿਨ ਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੇਸ਼ ਆਂ ਅੱਜ ਦੀਆਂ ਕੁਝ ਖਾਸ ਸਟੋਰੀਆਂ ਖਬਰਾਂ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਰ ਉੱਤੇ ਕੀਤੀ ਗ੍ਰੈਫਿਟੀ ਬਾਰੇ ਫਿਕਰ ਜਤਾਉਂਦੇ ਆ FBI ਤੇ ਪੁਲਿਸ ਨੂੰ ਜਾਂਚ ਕਰਦੇ ਆ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਕਿਹਾ BSF ਨੂੰ ਮਿਲੀ ਵੱਡੀ ਸਫਲਤਾ ਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈਰੋਇਨ ਲੈਣ ਪਹੁੰਚੇ ਤਸਕਰ ਦਬੋਚੇ ਹੁਣ ਨਹੀਂ ਚੱਲਣਗੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਰਾਸ਼ਟਰਪਤੀ ਨੇ ਨਵੇਂ ਅਪਰਾਧਿਕ ਬਿਲਾਅ ਨੂੰ ਦਿੱਤੀ ਮਨਜ਼ੂਰੀ ਸਰਕਾਰਾਂ ਨੇ 25 ਸਾਲ ਦਬਾਈ ਰੱਖਿਆ ਜਥੇਦਾਰ ਕੌਂਕੇ ਦੀ ਮੌਤ ਦਾ ਸੱਚ ਖੁਲਾਸਾ ਹੋਣ ਮਗਰੋਂ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਖਤ ਐਕਸ਼ਨ ਪੰਜਾਬ ਚ ਸੰਗਣੀ ਧੁੰਦ ਦਾ ਕਹਿਰ ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਗੈਂਗਸਟਰ ਸੰਪਤ ਨਹਿਰਾ ਦੀ ਪਤਨੀ ਨੇ ਸੁਰੱਖਿਆ ਲਈ ਹਾਈ ਕੋਰਟ ਚ ਦਾਖਲ ਕੀਤੀ ਅਰਜ਼ੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ ਦੇ ਵਿਚਾਲੇ ਇੱਕ ਮੰਦਰ ਉੱਤੇ ਕੀਤੀ ਗ੍ਰੈਫਟੀ ਬਾਰੇ ਫਿਕਰ ਜਤਾਉਂਦਿਆਂ ਇਸ ਨੂੰ ਕੈਨੇਡਾ ਆਸਟ੍ਰੇਲੀਆ ਦੀ ਤਰ੍ਹਾਂ ਇੱਕੋ ਤਰੀਕੇ ਨਾਲ ਅਮਰੀਕਾ ਵਿੱਚ ਵਾਪਰਨ ਨੂੰ ਕੁਮਾਂਤਰੀ ਤੋੜ ਪਾਉਣ ਦੀ ਸ਼ਰਾਰਤ ਕਹਿੰਦੇ ਆ ਐਫਬੀਆਈ ਤੇ ਪੁਲਿਸ ਨੇ ਜਾਂਚ ਕਰਦਿਆਂ ਸ਼ਰਾਰਤੀ ਅੰਜਰਾਂ ਨੂੰ ਗ੍ਰਿਫਤਾਰ ਕਰਨ ਦੇ ਲਿਕੇ ਹੈ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾ ਨੇ ਮੰਦਰ ਉੱਤੇ ਵਾਹੀ ਗਈ ਗ੍ਰੈਫਟੀ ਨੂੰ ਇੱਕੋ ਤਰ੍ਹਾਂ ਉੱਤੇ ਕਿਤੀ ਕੋ ਮੰਤਰੀਪਨ ਤੋੜ ਦੀ ਸ਼ਰਾਰਤੀ ਕਾਰਵਾਈ ਕਹਿੰਦੇ ਆ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਜਦ ਵੀ ਕਿਸੇ ਦੇਸ਼ ਵਿੱਚ ਕਾਲਿਸਤਾਨੀ ਰੈਫਰੈਂਡਮ ਦੀਆਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਕਿਸੇ ਮੰਦਰ ਦੇ ਬਾਹਰ ਕੰਧਾਂ ਉੱਤੇ ਗ੍ਰੈਫਟੀ ਵਾਹਨ ਦੀ ਖਬਰ ਆ ਜਾਂਦੀ ਹੈ ਪੁਲਿਸ ਦੀ ਜਾਂਚ ਤੋਂ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਅਜਿਹੇ ਕਾਰਵਾਈਆਂ ਝੂਠੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਪਾਈਆਂ ਜਾਂਦੀਆਂ ਹਨ ਡਾਕਟਰ ਪਿਤਪਾਲ ਸਿੰਘ ਹੋਰਾਂ ਨੇ ਕਿਹਾ ਕਿ ਜਾਨ ਸਮੇਂ ਸਾਰੀ ਗੱਲ ਸਾਹਮਣੇ ਆ ਜਾਵੇਗੀ ਪਰ ਸਾਡਾ ਇਸ ਬਾਰੇ ਇਹ ਸਟੈਂਡ ਹੈ ਕਿ ਅਸੀਂ ਹਰ ਧਰਮ ਦੇ ਉਸ ਦੇ ਧਾਰਮਿਕ ਵਿਚਾਰਾਂ ਤੇ ਸਥਾਨ ਦਾ ਸਤਿਕਾਰ ਕਰਦੇ ਹਾਂ ਤੇ ਮਸਲੇ ਦੇ ਹੱਲ ਲਈ ਹਿੰਦੂ ਪਾਈਚਾਰੇ ਦੇ ਨਾਲ ਹਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ ਸਰਹੱਦੀ ਪਿੰਡਾਂ ਵਿੱਚ ਬੈਠੇ ਤਸਕਰ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚ ਰਹੇ ਹਨ ਅੰਮ੍ਰਿਤਸਰ ਸੈਕਟਰ ਦੇ ਪਿੰਡ ਤਨੋਏ ਕਲਾ ਵਿੱਚ ਸੀਮਾ ਸੁਰੱਖਿਆ ਬਲ ਦੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਇਹ ਤਸਕਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਲੈਣ ਆਏ ਸਨ ਦਰਅਸਲ ਐਤਵਾਰ ਰਾਤ ਕਰੀਬ ਸਵਾ 12 ਦੇ ਫੋਰਸ ਦੇ ਜਵਾਨਾਂ ਨੇ ਡਰੋਨ ਗਤੀਵਿਧੀ ਦੀ ਆਵਾਜ਼ ਸੁਣੀ ਸੀ ਇਸ ਦੇ ਨਾਲ ਹੀ ਖੇਤ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ ਸੁਣੀ ਸੀ ਫੋਰਸ ਦੇ ਜਵਾਨ ਉਸੇ ਸਮੇਂ ਕਿਤਾ ਵਿੱਚ ਪਹੁੰਚ ਗਏ ਇਸ ਦੌਰਾਨ ਦੋ ਤਸਕਰ ਇਸਕੇ ਉਹ ਲੈਣ ਲਈ ਇੱਥੇ ਪੁੱਜੇ ਹੋਏ ਸਨ ਫੋਰਸ ਦੇ ਜਵਾਨਾਂ ਨੇ ਉਹਨਾਂ ਨੂੰ ਫੜ ਲਿਆ ਪੁਸ਼ਕਿਸ਼ ਦੌਰਾਨ ਇਹਨਾਂ ਨੇ ਫੜੇ ਗਏ ਤੀਜੇ ਸਮਗਲਰ ਬਾਰੇ ਵੀ ਜਾਣਕਾਰੀ ਦਿੱਤੀ ਤਸਕਰਾਂ ਕੋਲੋਂ ਪਾਕਿਸਤਾਨ ਤੋਂ ਆ ਰਹੀ 525 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਫੜੇ ਗਏ ਸਮਗਲਰਾਂ ਵਿੱਚ ਇੱਕ ਨੇਪਾਲਿਕ ਵੀ ਸ਼ਾਮਲ ਹੈ ਅੱਜਕੱਲ੍ਹ ਪਾਕਿਸਤਾਨੀ ਸਮਗਲਰਾਂ ਨੇ ਡਰੋਨ ਰਾਹੀਂ ਹੈਰੋਇਨ ਪੇਜੰਦ ਦਾ سلسلہ ਤੇਜ਼ ਕਰ ਦਿੱਤਾ ਹੈ ਇਹ ਤਸਕਰ ਛੋਟੇ ਡਰੋਨਾਂ ਰਾਹੀਂ ਢੇਪ ਵੇਚ ਰਹੇ ਹਨ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਸਥਾਨਕ ਤਸਕਰ ਇਸ ਢੇਪ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚ ਰਹੇ ਹਨ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸ਼ੱਕੀ ਲੋਕਾਂ ਤੇ ਲਗਾ ਦਾ ਨਜ਼ਰ ਰੱਖੀ ਜਾ ਰਹੀ ਹੈ ਸੋਮਵਾਰ ਸਵੇਰੇ ਫੋਰਸ ਦੇ ਜਵਾਨਾਂ ਨੇ ਪਿੰਡ ਰਾਨੀਆਂ ਅਤੇ ਕੱਕੜ ਵਿੱਚ ਤਲਾਸ਼ੀ ਮੀਮ ਚਲਾਈ ਜਾਣਕਾਰੀ ਇਹ ਸੀ ਕਿ ਇਨ੍ਹਾਂ ਪਿੰਡਾਂ ਚ ਡਰੋਨ ਦੀ ਗਤੀਵਿਧੀ ਸੁੰਨ ਨੂੰ ਮਿਲੀ ਹੈ ਜਾਂਦਰਾਨ ਫੋਰਸ ਦੇ ਜਵਾਨਾਂ ਨੇ ਕੇਪ ਵਿੱਚ ਇੱਕ ਪੈਕੇਟ ਬਰਾਮਦ ਕੀਤਾ ਇਸ ਵਿੱਚੋਂ 434 ਗ੍ਰਾਮ ਹੈਰੋਇਨ ਬਰਾਮਦ ਹੋਈ ਇਸ ਪੈਕੇਟ ਤੇ ਡਰੋਨ ਨਾਲ ਲਟਕੋਣ ਲਈ ਇੱਕ ਰਿੰਗ ਵੀ ਸੀ ਡਰੋਨ ਅਜੇ ਤੱਕ ਬਰਾਮਦ ਨਹੀਂ ਹੋਇਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਵੱਲੋਂ ਪਿਛਲੇ ਹਫਤੇ ਪਾਸ ਕੀਤੇ ਤਿੰਨ ਨਵੇਂ ਅਪਰਾਧਿਕ ਨਿਆ ਬਿਲਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਿੰਨ ਨਵੇਂ ਕਾਨੂੰਨ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਦੇ ਤਿੰਨ ਕਾਨੂੰਨ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ 1872 ਦੇ ਭਾਰਤੀ ਸਬੂਤ ਐਕਟ ਦੀ ਥਾਂ ਲੈਣਗੇ ਸੰਸਦ ਚ ਤਿੰਨ ਬਿਲਾਾਂ ਤੇ ਹੋਈ ਚਰਚਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗਹਿ ਮੰਤਰੀ ਅਮਿਸ਼ਾ ਨੇ ਕਿਹਾ ਸੀ ਕਿ ਇੰਨਾ ਬਿਲਾਾਂ ਦਾ ਮਕਸਦ ਪਿਛਲੇ ਕਾਨੂੰਨਾਂ ਦੀ ਤਰ੍ਹਾਂ ਸਜ਼ਾ ਦੇਣਾ ਨਹੀਂ ਸਗੋ ਨਿਆਹ ਪ੍ਰਦਾਨ ਕਰਨਾ ਹੈ ਉਹਨਾਂ ਨੇ ਕਿਹਾ ਕਿ ਇੰਨਾ ਕਾਨੂੰਨ ਦਾ ਉਦੇਸ਼ ਵਕ ਵਕ ਅਪਰਾਧਾਂ ਤੇ ਉਹਨਾਂ ਦੀ ਸਜ਼ਾ ਨੂੰ ਪਰਿਭਾਸ਼ਾ ਦੇ ਕੇ ਦੇਸ਼ ਵਿੱਚ ਅਪਰਾਧਿਕ ਨਿਆਹ ਪ੍ਰਣਾਲੀ ਵਿੱਚ ਬਦਲਾਅ ਲਿਆਉਣਾ ਹੈ ਇਹਨਾਂ ਦੇ ਵਿੱਚ ਅਤਵਾਦ ਦੀ ਸਪਸ਼ਟ ਪਰਿਭਾਸ਼ਾ ਅਧਿਤੀ ਗਈ ਹੈ ਰਾਜਦ્રો ਨੂੰ ਅਪਰਾਧ ਦੇ ਰੂਪ ਵਿੱਚ ਖਤਮ ਕਰ ਦਿੱਤਾ ਗਿਆ ਹੈ ਤੇ ਰਾਜ ਦੇ ਖਿਲਾਫ ਅਪਰਾਧ ਇਸ ਰਿਲੇਖ ਹੇਠ ਇੱਕ ਨਵਾਂ ਹਿੱਸਾ ਜੋੜਿਆ ਗਿਆ ਹੈ ਸ੍ਰੀ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੂ ਦੀ ਮੌਤ ਸਬੰਧੀ ਖੁਲਾਸੇ ਨੇ ਝੂਠੇ ਪੁਲਿਸ ਮੁਕਾਬਲੇ ਆ ਦੀ ਮੋੜ ਪੋਲ ਖੋਲ ਕੇ ਰੱਖ ਦਿੱਤੀ ਹੈ। ਏ ਡੀ ਡੀ ਪੀ ਬੀ ਪੀ ਤਿਵਾੜੀ ਦੀ ਜਾਂਚ ਰਿਪੋਰਟ ਜਨਤਕ ਹੋਣ ਮਗਰੋਂ ਹੁਣ ਤੱਕ ਦੀਆਂ ਸਰਕਾਰਾਂ ਵੀ ਕਟਹਿਰੇ ਵਿੱਚ ਆ ਗਈਆਂ ਹਨ। ਏ ਡੀ ਡੀ ਪੀ ਤਿਵਾੜੀ ਦੀ ਜਾਂਚ ਰਿਪੋਰਟ ਦੀ ਫਾਈਲ ਨੂੰ 25 ਸਾਲ ਤੱਕ ਸਰਕਾਰਾਂ ਨੇ ਦਬਾਈ ਰੱਖਿਆ। ਹੁਣ ਸੱਚਾਈ ਸਾਹਮਣੇ ਆਉਣ ਮਗਰੋਂ ਮਾਮਲਾ ਪੱਕ ਗਿਆ ਹੈ। ਦਰਅਸਲ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਜਾਂ ਲਾਪਤਾ ਹੋ ਦੀ ਪੁਲਿਸ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਰਿਪੋਰਟ ਪੇਸ਼ ਕੇ ਇਸੇ ਕਾਨੂੰਨੀ ਪੱਖਾ ਤੋਂ ਕੋਖ ਕਰਦਿਆਂ ਟੁਕਵੀਂ ਕਾਰਵਾਈ ਕਰਨ ਤੇ ਕਾਤਲਾਂ ਵਿਰੁੱਧ ਕਤਲ ਦਾ ਕੇਸ ਸर्ज ਕਰਵਾਉਂਦੇ ਹੁਕਮ ਦਿੱਤੇ ਹਨ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਐਡਵੋਕੇਟ ਸਰਪਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਇੱਕ ਰਿਪੋਰਟ ਸ੍ਰੀ ਅਕਾਲ ਤਖਤ ਨੂੰ ਸੌਂਪੀ ਗਈ ਸੀ ਇਹ ਜਾਂਚ ਰਿਪੋਰਟ 1998 ਵਿੱਚ ਪੰਜਾਬ ਪੁਲਿਸ ਦੇ ਤਤਕਾਲੀ ਐਡੀਸ਼ਨਲ ਡਾਇਰੈਕਟੋਰੇਟ ਜਨਰਲ ਬੀ ਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਤੇ ਸਰਕਾਰ ਨੂੰ ਸੌਂਪੀ ਗਈ ਸੀ ਪਰ ਇਹ ਰਿਪੋਰਟ ਲਗਭਗ 25 ਸਾਲ ਸਰਕਾਰ ਕੋਲ ਫਾਈਲਾਂ ਹੈ भी रही इससे कोई कार्रवाई नहीं हुई हुन ए रिपोर्ट जनतक हुई आए ते दिसंबर 1992 ਤੋਂ 93 ਵਿੱਚ ਪੁਲਿਸ ਵੱਲੋਂ ਪਾਈ ਕਾਉਂਕੇ ਖਿਲਾਫ ਕੀਤੀ ਗਈ ਕਾਰਵਾਈ ਦਾ ਸੱਚ ਸਾਹਮਣੇ ਆ ਗਿਆ ਜੱ태ਦਾਰ ਰਗਬੀਰ ਸਿੰਘ ਨੇ ਕਿਹਾ ਕਿ ਪਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ 90ਵਿਆਂ ਦੌਰਾਨ ਤਤਕਾਲੀ ਮੁੱਖ ਮੰਤਰੀ ਬੀਅੰਤ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇਪੀਐਸ ਗਿਲ ਰਾਹੀ ਹਜ਼ਾਰਾਂ ਸਿਕ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਇੱਕ ਬੇहद ਖਿਨੋਨੀ ਮਿਸਾਲ ਹੈ ਜੋ ਦੁਨੀਆ ਸਾਹਮਣੇ ਆਉਣੀ ਚਾਹੀਦੀ ਹੈ ਤੇ ਪਾਈ ਕੌਂਕੇ ਦੇ ਕਾਦਲਾ ਨੂੰ ਬੇਪਰਦ ਕਰਕੇ ਉਹਨਾਂ ਨੂੰ ਮਿਸਾਲੀ ਸਜ਼ਾਵਾ ਮਿਲਨੀ ਬੇहद ਜ਼ਰੂਰੀ ਹੈ ਪੰਜਾਬ ਵਿੱਚ ਸਰਦੀਆਂ ਦਾ ਕਹਿਰ جاری ਹੈ ਪਹਾੜਾਂ 'ਚ ਬਰਬਾਰੀਕਾਰ ਪੰਜਾਬ ਚਤੂੰਦ ਦਾ ਕਹਿਰ ਵਧੇਗਾ ਜੋ ਕਿ ਜਨਜੀਵਨ ਤੇ ਉਲਟ ਅਸਰ ਪਾਵੇਗਾ ਇਸੇ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ yellow ਅਤੇ ਕਈ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਆਉਣ ਵਾਲੇ 2 ਦਿਨਾਂ ਦੇ ਵਿੱਚ ਰਾਤ ਦੇ ਤਾਪਮਨ ਵਿੱਚ 2 ਤੋਂ 3 ਡਿਗਰੀ ਹੋਰ ਗਿਰਾਵਟ ਦੀ ਭਵਿੱਖਬਣੀ ਕੀਤੀ ਹੈ ਉਤੈ ਹੀ ਐਤਵਾਰ ਨੂੰ ਪਟੰਨਾ Shimla Mussoorie ਅਤੇ Darjeeling ਨਾਲੋਂ ਵੀ ਠੰਡਾ ਰਿਹਾ ਆਪਾ ਤ੍ਰਿਕੋਡਾ ਅਨੁਸਾਰ ਪਟੰਨਾ ਦਾ ਘਟੋ ਘਾਟ ਤਾਪਮਨ 6 ਡਿਗਰੀ ਅਤੇ ਅਮ੍ਰਿਤਸਰ ਦਾ 0.2 ਡਿਗਰੀ ਰਿਹਾ ਜਦਕਿ ਐਤਵਾਰ ਨੂੰ ਮਸੂਰੀ ਦਾ ਘੱਟੋ ਘੱਟ ਤਾਪਮਨ 6.4 ਡਿਗਰੀ ਡਾਰਜਲਿੰਗ ਦਾ 6.6 ਡਿਗਰੀ ਅਤੇ ਸ਼ਿਮਲਾ ਦਾ ਘੱਟੋ ਘੱਟ ਤਾਪਮਨ 7.6 ਡਿਗਰੀ ਰਿਹਾ ਬਟਿੰਡਾ ਵਿੱਚ ਵੀ ਵਿਜ਼ਿਬਿਲਟੀ ਸਿਰਫ 50 ਤੋਂ 200 ਮੀਟਰ ਸੀ ਜਦਕਿ ਹਲਵਾਰਾ ਵਿੱਚ ਇਹ 200 ਤੋਂ 500 ਮੀਟਰ ਅਤੇ ਆਦਮਪੁਰ ਵਿੱਚ 500 ਤੋਂ 1000 ਮੀਟਰ ਸੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਲਈ orange alert ਜਾਰੀ ਕੀਤਾ ਹੋਇਆ ਸੀ ਜਿਸ ਦੇ ਤਹਿਤ 10 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੁਕਤਸਰ ਮੋਗਾ ਠਿੰਡਾ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਵੇਰ ਅਤੇ ਸ਼ਾਮ ਨੂੰ ਸੰਗਨੀ ਤੁੰਦ ਚਾਈ ਰਹੀ ਗਈ ਜਿਸ ਕਾਰਨ ਵਿਜ਼ਿਬਿਲਟੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਅਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਜ਼ਿਬਿਲਟੀ ਘਟ ਵੀ ਹੋਈ ਹੈ ਵਿਭਾਗ ਨੇ ਡਰਾਈਵਰਾਂ ਨੂੰ ਇਸ ਤਰ੍ਹਾਂ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ ਗੈਂਗਸਟਰ ਸੰਪਤ ਨੈਰਾਦੀ ਪਤਨੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਤੀ ਦੀ ਸੁਰੱਖਿਆ ਨੂੰ ਲੈ ਕੇ ਅਰਜ਼ੀ ਦਾਖਲ ਕੀਤੀ ਹੈ। ਅਰਜ਼ੀ 'ਚ ਸੰਪਤ ਨੂੰ ਪੰਜਾਬ ਤੋਂ ਰਾਜਸਥਾਨ ਲੈ ਕੇ ਜਾਣ ਸਮੇਂ ਸੁਰੱਖਿਆ ਮੰਗੀ ਗਈ ਹੈ। ਸ਼ੱਕ ਜਤਾਇਆ ਗਿਆ ਹੈ ਕਿ ਰਾਜਸਥਾਨ ਲੈ ਜਾਂਦੇ ਸਮੇਂ ਗੈਂਗਸਟਰ ਦਾ ਕਤਲ ਹੋ ਸਕਦਾ ਹੈ। ਹਾਈ ਕੋਰਟ ਨੇ ਪਟੀਸ਼ਨ 'ਤੇ ਪੰਜਾਬ ਅਤੇ ਰਾਜਸਥਾਨ ਦੇ ਡੀਜੀਪੀ ਅਤੇ ਐਨਆਈਏ ਦੇ ਡੀਜੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਗੈਂਗਸਟਰ ਸੰਪਤ ਨੈਰਾਦੀ ਪਤਨੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਰਾਜਸਥਾਨ ਪੁਲਿਸ ਉਸਦੇ ਪਤੀ ਨੂੰ ਰਾਜਸਥਾਨ ਲੈ ਕੇ ਜਾਂ ਨਾਲ ਸਮੇਂ ਸੁਰੱਖਿਆ ਮੁਹੱਈਆ ਕਰਵਾਏ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਅਤੇ ਰਾਜਸਥਾਨ ਦੇ ਡੀਜੀਪੀ ਸਮੇਤ ਐਨਆਈਏ ਦੇ ਡੀਜੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਪਟੀਸ਼ਨ ਦਾਇਰ ਕਰਦੇ ਹੋਏ ਸੰਪਤ ਨਹਿਰਾ ਦੀ ਪਤਨੀ ਪ੍ਰਿੰਕਾ ਮਲਿਕ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਦਾ ਪਤੀ ਸੰਪਤ ਨਹਿਰਾ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਹੈ ਕਰਨੀ ਸੈਨਾ ਦੇ ਪ੍ਰਧਾਨ ਦੀ ਮੌਤ ਤੋਂ ਬਾਅਦ ਰਾਜਸਥਾਨ ਦਾ ਮਾਹੌਲ ਕਾਫੀ ਖਰਾਬ ਹੈ ਇਸ ਮਾਮਲੇ 'ਚ ਰਾਜਸਥਾਨ ਪੁਲਿਸ ਉਸ ਦੇ ਪਤੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਰਾਜਸਥਾਨ ਲੈ ਕੇ ਜਾਣਾ ਚਾਹੁੰਦੀ ਹੈ ਸੰਪਤ ਨਹਿਰਾ ਦੀ ਪਤਨੀ ਨੇ ਸ਼ੱਕ ਦਾ ਖਦਸ਼ਾ ਪ੍ਰਗਟਾਇਆ ਕਿ ਜੇਕਰ ਕੋਈ ਹੋਰ ਏਜੰਸੀ ਉਸਦੇ ਪਤੀ ਨੂੰ ਪੰਜਾਬ ਤੋਂ ਬਾਹਰ ਲੈ ਜਾਂਦੀ ਹੈ ਤਾਂ ਉਸ ਦਾ ਕਤਲ ਹੋ ਸਕਦਾ ਹੈ ਅਜਿਹੇ ਚੂਜ਼ੇ ਪਤੀ ਤੋਂ ਜਾ ਤਾਂ ਪੰਜਾਬ ਚ ਹੀ ਪੁਸ਼ਕਿਸ਼ ਕੀਤੀ ਜਾਣੀ ਚਾਹੀਦੀ ਹੈ ਜਾਂ ਫਿਰ ਵੀਡੀਓ ਕਾਨਫਰੈਂਸ ਰਾਹੀਂ ਜੇਕਰ ਉਸਦੇ ਪਤੀ ਨੂੰ ਰਾਜਸਥਾਨ ਲੈ ਜਾਣਾ ਬਹੁਤ ਜ਼ਰੂਰੀ ਹੈ ਤਾਂ ਉਸ ਨੂੰ ਇਸ ਲਈ ਲੋੜਿੰਦੀ ਸੁਰੱਖਿਆ ਦਿੱਤੀ ਜਾਵੇ ਅਤੇ ਪੂਰੇ ਰਸਤੇ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ ਪਟਿਆਲਾ ਤੇ ਹਾਈ ਕੋਰਟ ਨੇ ਪੰਜਾਬ ਅਤੇ ਹੋਰ ਬਚਾ ਪੱਕ ਨੂੰ ਨੋਟਿਸ ਜਾਰੀ ਕੀਤਾ ਹੈ ਕੇਂਦਰੀ ਜੇਲ ਪਟਿਆਲਾ ਵਿੱਚ ਇੱਕ ਦਰਜਨ ਮੋਬਾਈਲ ਅਤੇ ਹੋਰ ਸਮਾਨ ਬਰਾਮਦ ਹੋਇਆ ਇਸ ਮਾਮਲੇ ਵਿੱਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਤਿੰਨ ਕੇਸ ਦਰਜ ਕੀਤੇ ਹਨ ਪਹਿਲੇ ਕੇਸ ਵਿੱਚ ਜੇਲ ਦੇ ਸਹਾਇਕ ਸੁਪਰਡੈਂਟ ਹਰਬੰਸ ਲਾਲ ਦੀ ਸ਼ਿਕਾਇਤ ਤੇ ਕੈਦੀ ਗੁਰਵਿੰਦਰ ਸਿੰਘ ਪੁੱਤਰ ਨੈਬ ਸਿੰਘ ਖਾਸੀ ਤਗੋਵਾਲ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਕੈਦੀ ਬੰਦੀ ਪੁੱਤਰ ਬਨਵਾਰੀ لال ਵਾਸੀ ਸ਼ਸਤਰਾਂ ਵਾਲੀ ਗਲੀ ਪਟਿਆਲਾ ਅਤੇ ਅਣਪਛਾਤੇ ਵਿਅਕਤੀ ਖਿਲਾਫ 42 ਅਤੇ 52ਏ ਪ੍ਰਿਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ ਜੇਲ੍ਹ ਪ੍ਰਸ਼ਾਸਨ ਮੁਤਾਬਕ ਗੁਰਵਿੰਦਰ ਸਿੰਘ ਤੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਜਦਕਿ ਟਾਵਰ ਨੂੰ 4-5 ਵਿਚਕਾਰੋਂ ਦੋ ਬਾਹਰੋਂ ਸੁੱਟੇ ਪੈਕੇਟ ਬਰਾਮਦ ਹੋਏ ਹੈ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 10 ਜਰਦੇ ਦੀਆਂ ਪੂਰੀਆਂ ਤਿੰਨ ਡਾਟਾ ਕੇਬਲਾਂ ਪੰਜ ਮੋਬਾਈਲ ਫੋਨ ਅਤੇ ਬੰਟੀ ਦੀ ਜਿਸਮਾਨੀ ਤਲਾਸ਼ੀ ਕਰਨ ਤੇ ਇੱਕ ਮੋਬਾਈਲ ਬਰਾਮਦ ਹੋਇਆ ਹੈ ਦੂਜੇ ਕੇਸ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਜਿੰਦਰ ਸਿੰਘ ਦੀ ਸ਼ਿਕਾਇਤ ਹੈ ਵਹਲਾਤੀ ਦੀਪਕ ਮਾਰ ਪੁੱਤਰ ਰਾਜਵੀਰ ਸਿੰਘ ਵਾਸੀ ਊਨਾ ਥਾਣਾ ਬੋਧਕਲਾ ਤਹਿਸੀਲ ਤੇ ਜ਼ਿਲ੍ਹਾ ਦਾਦਰੀ ਹਰਿਆਣਾ ਹਵਾਲਾਤੀ ਗੁਰਿੰਦਰਪਾਲ ਸਿੰਘ ਪੁੱਤਰ ਜੱਜ ਸਿੰਘ ਵਾਸੀ ਵਿਵਾਵਾਲਾ ਰੋਡ ਨੇੜੇ ਬਿਜਲੀਕਰ ਕੋਰਕਪੁਰਾ ਥਾਣਾ ਸਿਟੀ ਕੋਰਕਪੁਰਾ ਜ਼ਿਲ੍ਹਾ ਫਰੀਦਕੋੜ ਦੇ ਖਿਲਾਫ ਭਵੰਜਾਏ ਪ੍ਰਿਜ਼ਨ ਐਕਟ ਦੇ ਤਹਿਤ ਕੇਸ ਸਰਜ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਮੁਤਾਬਿਕ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਵਿਅਕਤੀ ਫੋਨ ਦੀ ਵਰਤੋਂ ਕਰ ਰਹੇ ਹਨ ਗੁਰਿੰਦਰਪਾਲ ਸਿੰਘ ਨੇ ਗਾਦਰ ਨੂੰ ਦੇਖਦੇ ਮੋਬਾਈਲ ਫੋਨ ਤੋੜ ਦਿੱਤਾ ਅਤੇ ਉਸ ਤੋਂ ਟੁੱਟੀ ਹਾਲਤ ਵਿੱਚ ਮੋਬਾਈਲ ਬਰਾਮਦ ਕੀਤਾ ਗਿਆ ਅਤੇ ਦੀਪਕ ਤੋ ਇੱਕ ਮੋਬਾਈਲ ਬਰਾਮਦ ਕੀਤਾ ਗਿਆ ਫਿਰੋਜ਼ਪੁਰ ਐਸਐਸਪੀ ਦੀ ਲਗਾਤਾਰ ਹੋਏ ਤਬਾਦਲੇ ਕਾਰਨ ਕਾਨੂੰਨ ਵਿਵਸਥਾ ਵਿਗੜਦੀ ਹੋਈ ਨਜ਼ਰ ਆ ਰਹੀ ਹੈ 16 ਦਿਨਾਂ ਤੋਂ ਲੈ ਕੇ ਜ਼ਿਆਦਾਤਰ ਕੁਝ ਮਹੀਨਿਆਂ ਦਾ ਕਾਰਜਕਾਲ ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪੁਲਿਸ ਮੁਖੀਆਂ ਲਈ ਇਹ ਇੱਕ ਤਰ੍ਹਾਂ 뮤지컬 ਚੇਅਰ ਵਾਂਗ ਹੈ ਸਰਹੱਦੀ ਜ਼ਿਲ੍ਹੇ ਚ ਪਿਛਲੇ 7 ਸਾਲਾਂ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ 16 ਐਸਐਸਪੀ ਦੇ ਤਬਾਦਲੇ ਹੋ ਚੁੱਕੇ ਹਨ 16 ਪੁਲਿਸ ਅਧਿਕਾਰੀਆਂ ਵਿੱਚੋਂ 10 ਦੇ ਤਬਾਦਲੇ ਪਿਛਲੇ 3 ਸਾਲਾਂ ਵਿੱਚ ਹੀ ਹੋਏ ਹਨ ਇੰਨੇ ਸਾਲਾਂ ਵਿੱਚ ਸਿਰਫ ਇੱਕ ਐਸਐਸਪੀ ਨੇ ਲਗਾਤਾਰ ਇੱਕ ਸਾਲ ਲਈ ਰਣਨੀਤਿਕ ਤੌਰ ਤੇ ਮਹੱਤਵਪੂਰਨ ਜ਼ਿਲ੍ਹੇ ਵਿੱਚ ਸੇਵਾ ਕੀਤੀ ਹੈ ਜਦਕਿ ਬਾਕੀਆ ਦਾ ਤਬਾਦਲਾ ਉਹਨਾਂ ਦੀ ਤਾਇਨਾਤੀ ਦੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਸਰਕਾਰ ਨੂੰ ਜਾਣੂ ਕਰਨਾ ਕਰਕੇ ਕਰ ਦਿੱਤਾ ਗਿਆ ਅਹਿਮ ਅਹੁਦਿਆਂ ਤੇ ਕਿਤਿਆਂ ਜਾ ਰਹੀਆਂ ਬਦਲੀਆਂ ਕਾਰਨ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਸੂਤਰਾਂ ਨੇ ਕਿਹਾ ਹੈ ਕਿ ਅਕਸਰ ਇਹ ਤਾਇਨਾਤੀਆਂ ਸਿਆਸੀ ਤੌਰ ਤੇ ਸ਼ੁਰੂ ਹੁੰਦੀਆਂ ਹਨ ਕਿਉਂਕਿ ਸੱਤਾਧਾਰੀ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਜੇਕਰ ਕੋਈ ਅਧਿਕਾਰੀ ਆਪਣੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਕਈ ਵਾਰ ਕੁਝ ਮਾਮਲਿਆਂ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵੀ ਵਿਧਾਇਕਾਂ ਦੇ ਵੱਖੋ ਵੱਖਰੇ ਹਿੱਤਾਂ ਕਾਰਨ ਸਿਆਸੀ ਸ਼ੈ ਵਿੱਚ ਫਸ ਚੁੱਕੇ ਹਨ ਜ਼ਿਲ੍ਹੇ ਵਿੱਚ ਐਨਜੀਪੀਐਸ ਐਕਟ ਅਤੇ ਹੋਰ ਗੰਭੀਰ ਅਪਰਾਧਿਕ ਅਪਰਾਧਾਂ ਨੂੰ ਸੰਬੰਧਿਤ 4000 ਤੋਂ ਵੱਧ ਕੇਸ ਜਾਂਚ ਲਈ ਪੈਂਡਿੰਗ ਹਨ ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਨਗਰ ਨਿਗਮ ਵੱਲੋਂ ਵੈਂਡਿੰਗ 'ਤੇ ਜ਼ੋਰ ਬਣਾਇਆ ਜਾਣ ਕੇ ਜਿਸ ਨਾਲ ਰੇੜੀਆਂ ਫੜੀਆਂ ਕਰਕੇ ਆਨ ਦੀ ਟ੍ਰੈਫਿਕਸ ਬਸਿਆ ਦਾ ਹੱਲ ਹੋਏਗਾ ਇਸ ਦੇ ਨਾਲ ਹੀ ਨਜਾਇਜ਼ ਕਬਜ਼ਿਆਂ ਨੂੰ ਵੀ ਠੱਲ ਪੈਗੇ ਇਸ ਨਾਲ ਸ਼ਹਿਰ ਦੇ 7211 ਰੇੜੀ ਫੜੀ ਵਾਲਿਆਂ ਨੂੰ ਵੀ ਰਾਹਤ ਮਿਲੇਗੀ ਕਮਿਸ਼ਨਰ ਪੁਲਿਸ ਨਾਲ ਪੇਚਾ ਪੈਨ ਮਗਰੋਂ ਹੀ ਨਗਰ ਨਿਗਮ ਸਰਗਰਮ ਹੋਇਆ ਹੈ ਦਰਅਸਲ ਕਮਿਸ਼ਨਰੇਟ ਪੁਲਿਸ ਵੱਲੋਂ ਸਟ੍ਰੀਟ ਵੈਂਡਰਾਂ ਵਿਰੁੱਧ ਕੀਤੀ ਗਈ ਸਖਤ ਕਾਰਵਾਈ ਤੋਂ ਬਾਅਦ ਹੁਣ ਨਗਰ ਨਿਗਮ ਨੇ 34 ਥਾਮਾ ਤੇ ਵੈਂਡਿੰਗ ਜ਼ੋਨ ਬਣਾਉਣ ਦੀ ਸੂਚੀ ਤਿਆਰ ਕੀਤੀ ਹੈ ਪਸਤੀ ਬਾਵਾ ਕੇਲ ਵਿਚ ਸ਼ਹਿਰ ਦਾ ਸਭ ਤੋਂ ਵੱਡਾ ਵੈਂਡਿੰਗ ਜ਼ੋਨ ਬਣਾਇਆ ਜਾਵੇਗਾ। ਇਹ ਵੈਂਡਿੰਗ ਜ਼ੋਨ ਲਗਭਗ 13295 ਵਰਗ ਮੀਟਰ ਵਿੱਚ ਬਣਾਇਆ ਜਾਵੇਗਾ। ਜਿੱਥੇ 5752 ਦੇ ਕਰੀਬ ਵਿਕਰੇਤਾ ਰੇੜੀਆਂ ਅਤੇ ਫੜੀਆਂ ਲਾਉਣਗੇ। ਇਸੇ ਨਾਲ ਹੀ ਸ਼ਹਿਰ ਦਾ ਸਭ ਤੋਂ ਛੋਟਾ ਵੈਂਡਿੰਗ ਜ਼ੋਨ ਪਸਤੀ ਅੱਡਾ ਚੌਂਕ, ਬੱਚੀ ਮੰਡੀ ਨੇੜੇ ਬਣਾਇਆ ਜਾਵੇਗਾ। ਹਾਸਲ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਕਰੀਬ 3811 ਰੇੜੀ ਫੜੀ ਵਾਲਿਆਂ ਨਗਰ ਨਿਗਮ ਵੱਲੋਂ ਇਸ ਦੀ ਸੂਚੀ ਬਣਾ ਦਿੱਤੀ ਗਈ ਹੈ। ਜ਼ੇਦਾਰ ਤੇ ਨਗਰ ਨਿਗਮ ਦੇ ਹੁਣ 34 ਥਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਦਰਅਸਲ ਕਮਿਸ਼ਨਰ ਪੁਲਿਸ ਨੇ ਸ਼ਹਿਰ ਵਿੱਚ ਕਿਤੇ ਨਜਾਇਜ਼ ਕਬਜ਼ੇ ਖਿਲਾਫ ਕਾਰਵਾਈ ਕੀਤੀ ਹੋਈ ਹੈ ਪੁਲਿਸ ਵੱਲੋਂ ਫੁੱਟਪਾਥ ਤੇ ਕਿਤੇ ਕਬਜ਼ੇ ਹਟਾਏ ਜਾ ਰਹੇ ਹਨ ਪੁਲਿਸ ਨੇ ਟ੍ਰੈਫਿਕ ਪੀਸੀਆਰ ਵਿਗ ਨੇ ਐਤਵਾਰ ਨੂੰ ਬਾਜ਼ਾਰ ਲਗਾਉ ਲਈ ਆਏ ਰੇੜੀ ਫੜੀ ਵਾਲਿਆਂ ਨੂੰ ਸੜਕ ਤੋਂ ਪਿੱਛੇ ਦੁਕਾਨਾਂ ਲਗਾਉਣ ਲਈ ਕਿਹਾ ਸੀ ਪੁਲਿਸ ਨੇ ਧਮਕੀ ਦਿੱਤੀ ਸੀ ਕਿ ਜੇ ਉਹ ਦੁਬਾਰਾ ਸੜਕ ਤੇ ਸਟਾਲ ਲਗਾਉਂਦੇ ਹਨ ਤਾਂ ਉਹਨਾਂ ਨੂੰ 20000 ਰੁਪਏ ਦਾ ਚਲਾਨ ਕੀਤਾ ਜਾਵੇਗਾ ਜ਼ਿਲ੍ਹਾ ਮੈਜਿਸਟ੍ਰੇਟ ਪੰਨੀਤ ਸ਼ੇਰਗਿੱਲੇ ਪੰਜਾਬ ਆਪਕਾਰੀ ਐਕਟ 1914 ਦੀ ਧਾਰਾ 54 ਅਧੀਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ 3 ਕਿਲੋਮੀਟਰ ਏਰੀਏ ਤੋਂ ਇਲਾਵਾ ਅਨਾਜ ਮੰਡੀ ਸਰਹਿੰਦ, ਸਾਨੀਪੁਰ ਚੌਂਕ, ਜੀਟੀ ਰੋਡ ਬਾੜਾ, ਚਾਵਲਾ ਚੌਂਕ ਸਰਹਿੰਦ, ਰੇਲਵੇ ਰੋਡ ਸਰਹਿੰਦ, ਰੇਲਵੇ ਰੋਡ, ਹਮਾਇਉਪੁਰ ਪੱਟੀ ਰੋਡ ਸਰਹਿੰਦ ਅਤੇ ਖਾਨਪੂਰ ਦੇ ਸ਼ਹਿਰਾ ਦੇ ਟਿਕਾਣੇ ਤੇ ਆਹਾਤੇ ਤੇ ਸ਼ਰਾਬ ਦੀ ਵਿਕਰੀ, ਹੋਟਲਾਂ ਆਦਿ ਜਿੱਥੇ ਕਾਨੂੰਨੀ ਤੌਰ ਤੇ ਸ਼ਰਾਬ ਦੀ ਪਰਤੋ ਦੀ ਇਜਾਜ਼ਤ ਹੈ, ਉਸ ਵਿੱਚ 26 ਦਸੰਬਰ ਤੋਂ 28 ਦਸੰਬਰ ਰਾ ਵਜੇ ਤੱਕ ਠਿਕਏ ਬੰਦ ਰੱਖਣ ਅਦਿ ਸ਼ਰਾਦ ਦੀ ਵਰਤੋਂ ਕਰਕੇ ਸ਼ਹੀਦੀ ਸਭਾ ਦੇ ਏਰੀਆ ਵਿੱਚ ਦਾਖਲ ਹੋਣ ਤੇ ਪੂਨ ਪਾਬੰਦੀ ਲਗਾਈ ਹੈ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਦਾਲੂ ਸ਼ਿਰਕਤ ਕਰਦੇ ਹਨ ਸ਼ਹੀਦੀ ਸਭਾ ਦੌਰਾਨ ਮਾਹੌਲ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਹਤ ਵਿਭਾਗ ਵੱਲੋਂ 24 ਘੰਟੇ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ ਇਹ ਸੇਵਾਵਾਂ ਉਪਲਬਧ ਕਰਵਾਉਣ ਦੇ ਲਈ ਵਿਭਾਗ ਬਲੋ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੋਰ ਨੇ ਦੱਸਿਆ ਕਿ ਸੰਗਤਾਲੀ ਇੰਨਾ ਸਿਹਤ ਸਹੂਲਤਾ ਦੀ ਦੇਖਰੇਖ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਗਿਆ ਹੈ ਜਿਸ ਜਿਸ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਐਮਰਜੈਂਸੀ ਨੰਬਰ ਜ਼ਿਲ੍ਹਾ ਹਸਪਤਾਲ ਦੇ ਵਿੱਚ ਵੀ ਜਾਰੀ ਕੀਤਾ ਗਿਆ ਹੈ ਚਲੋਮੀ ਕਾਲੀ ਦਲ ਦੇ ਪ੍ਰਧਾਨ ਜਗਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਰਾਜਾਂ ਵਿੱਚ ਸਿੱਖਾਂ ਦੀ ਆਬਾਦੀ ਹੈ ਉੱਥੇ ਪਾਰਟੀ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ। ਉਹਨਾਂ ਨੇ ਇਹ ਫੈਸਲਾ ਸ੍ਰੀ ਪਟਨਾ ਸਾਹਿਬ ਅਤੇ ਮੁੰਬਈ ਦੀ ਸਿੱਖ ਸੰਗਤ ਨਾਲ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਰਿਹਾਈਸ਼ ਤੇ ਹੋਈ ਮੀਟਿੰਗ ਮਗਰੋਂ ਕੀਤਾ। ਉਹਨਾਂ ਨੇ ਕਿਹਾ ਕਿ 30 ਦਸੰਬਰ ਨੂੰ ਅਕਾਲੀ ਦਲ ਦੀ ਇੱਕ ਕਮੇਟੀ ਸ੍ਰੀ ਪਟਨਾ ਸਾਹਿਬ ਜਾਵੇਗੀ। ਉਹਨਾਂ ਨੇ ਵੀ ਕਿਹਾ ਕਿ ਕਮੇਟੀ ਨਾ ਸਿਰਫ ਉੱਥੇ ਸਾਨਕ ਸਿੱਖ ਸੰਗਤ ਨਾਲ ਮੀਟਿੰਗ ਕਰੇਗੀ, ਬਲਕਿ ਇਕਾਈ ਸਥਾਪਤ ਕਰਨ ਵਾਸਤੇ ਲੋੜਿੰਦੇ ਸਾਰੇ ਪ੍ਰਬੰਧ ਵੀ ਕਰੇਗੀ। ਇਸੇ ਤਰ੍ਹਾਂ ਕਮੇਟੀ ਹੋਰ ਅੱਜ ਇਹ ਵਿੱਚ ਵੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਵਿੱਚ ਪੰਥਕ ਇਕਤਾ ਕਰਵਾਉਣ ਦੇ ਹਿੱਸੇ ਵਜੋਂ ਅਜਿਹੇ ਯਤਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਵੀ ਕਿਹਾ ਕਿ ਕੌਮ ਨੂੰ ਵਕ ਵਕ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਾਰਾ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋਣਾ ਜ਼ਰੂਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਾਲੀ ਸਰਕਾਰ ਨੇ 28 ਦਸੰਬਰ ਨੂੰ ਜ਼ੁਮੇ ਦੇ ਵੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਸਬੰਧੀ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਮੁਤਾਬਿਕ ਸ਼ਹੀਦੀ ਸਭਾ ਨੂੰ ਮੁਕ ਰੱਖਦੇ ਹੋਏ ਵੀਰਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਸਰਕਾਰੀ ਸੰਸਥਾਾਂ ਤੇ ਵਿਦਿਅਕ ਇੰਸਟੀਚਿਊਟ ਵਿੱਚ ਗਸ਼ਟਿਤ ਛੁੱਟੀ ਰਹੇਗੀ ਦੱਸਿਆ ਗਿਆ ਕਿ ਸ਼ਹੀਦੀ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗਾ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਸੂਬੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਨਸ਼ੇ ਦੇ ਖਿਲਾਫ ਪੰਜਾਬ ਦੇ ਵਿੱਚ ਸਰਕਾਰ ਆਪਣੇ ਪੱਧਰ ਤੇ ਕਾਫੀ ਕਾਰਵਾਈ ਕਰ ਰਹੀ ਹੈ ਪਰ ਜਿਹੜੇ ਲੋਕ ਨਸ਼ੇ ਤੋਂ ਪੀੜਿਤ ਹਨ ਤਾਂ ਉਹਨਾਂ ਦਾ ਇਲਾਜ ਨਸ਼ਾ ਛਡਾਓ ਕੇਂਦਰਾਂ ਅਤੇ ਆਊਟ ਪੇਸ਼ੈਂਟ ओਪੀਓਡ ਅਸਿਸਟਡ ਟ੍ਰੀਟਮੈਂਟ ਕਲੀਨਿਕਾ ਵਿੱਚ ਕੀਤਾ ਜਾਂਦਾ ਹੈ ਯਾਨੀ ਕਿ ਓਟੀ ਵਿੱਚ ਕੀਤਾ ਜਾਂਦਾ ਹੈ ਇਹ ਕੇਂਦਰ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਕਿ ਇੱਕ ਸਰਕਾਰੀ ਅਤੇ ਦੂਸਰਾ ਪ੍ਰਾਈਵੇਟ ਕੇਂਦਰ ਹੁਣ ਸਵਾਲ ਖੜੇ ਹੋਣ ਲੱਗੇ ਹਨ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ ਅੰਦਰ ਨਸ਼ੇੜੀਆਂ ਦੀ ਗਿਣਤੀ ਘਟ ਹੈ ਜਦਕਿ ਪ੍ਰਾਈਵੇਟ ਕੇਂਦਰ ਵਿੱਚ ਮਰੀਜ਼ ਜ਼ਿਆਦਾ ਭਰਤੇ ਹੋਏ ਹਨ ਸਿਹਤ ਵਿਭਾਗ ਕੋਲ ਮੌਜੂਦ ਅੰਕੜਿਆਂ ਅਨੁਸਾਰ ਸਰਕਾਰੀ ਨਸ਼ਾ ਛਡਾਓ ਕੇਂਦਰਾ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 270384 ਹੈ ਜਦਕਿ ਰਾਜ ਵਿੱਚ ਚੱਲ ਰਹੇ ਨਿੱਜੀ ਨਸ਼ਾ ਛਡਾਓ ਕੇਂਦਰਾ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 67213 ਹੈ ਪ公 ਸਰਕਾਰੀ ਕੇਂਦਰਾ ਦੇ ਮੁਕਾਬਲੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰਾ ਵਿੱਚ ਢਾਈ ਗੁਣਾ ਜ਼ਿਆਦਾ ਮਰੀਜ਼ ਹਨ ਸਿਹਤ ਵਿਭਾਗ ਨੇ ਪ੍ਰਾਈਵੇਟ ਨਸ਼ਾ ਛਡਾਓ ਕੇਂਦਰਾ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਵਿਭਾਗ ਜਾਣਨਾ ਚਾਹੁੰਦਾ ਹੈ ਕਿ 528 ਓਟੀ ਕਲੀਨਿਕਾਂ ਅਤੇ 216 ਨਸ਼ਾ ਛਡਾਓ ਕੇਂਦਰਾ ਵਿੱਚ ਮਰੀਜ਼ਾਂ ਦੀ ਇਖਾਲ ਅਤੇ ਦਵਾਈਆਂ ਦੀ ਉਪਲਬਧਤਾ ਦੇ ਬਾਵਜੂਦ ਮਰੀਜ਼ ਨਿੱਜੀ ਕੇਂਦਰਾਂ ਨੂੰ ਤਰਜੀਹ ਕਿਉਂ ਦੇ ਰਹੇ ਹਨ ਹਾਲੀ ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਨਿੱਜੀ ਨਸ਼ਾ ਛਡਾਊ ਕੇਂਦਰਾਂ ਵੱਲੋਂ ਦਵਾਈਆਂ ਦੀ ਆੜ ਵਿੱਚ ਨਸ਼ਿਆਂ ਦੀ ਵਿਕਰੀ ਦੇ ਮਾਮਲੇ ਸਾਹਮਣੇ ਆਏ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਰਾਜ ਦੇ ਨਿੱਜੀ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਦਾ ਮੁਲਾਂਕਣ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਦੀ ਗਿਣਤੀ ਦੇ ਆਧਾਰ ਤੇ ਨਿੱਜੀ ਕੇਂਦਰਾਂ ਵੱਲੋਂ ਖਰੀਦੀਆਂ ਜਾ ਰਹੀਆਂ ਨਸ਼ਾ ਛਡਾਊ ਦਵਾਈਆਂ ਦੀ ਖਪਤ ਦਾ ਵੀ ਮੁਲਾਂਕਣ ਕੀਤਾ ਜਾ ਸਕੇ ਇਸ ਮਹਿੰਮ ਤਹਿਤ ਸਰਕਾਰੀ 80 ਕਲੀਨ ਕਾਬਿਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵੀ ਬੁਲੰਕਨ ਕੀਤਾ ਜਾਵੇਗਾ ਅਤੇ ਇਨ੍ਹਾਂ ਕੇਂਦਰਾਂ ਨੂੰ ਹੋਰ ਸਾਧਨ ਭਰਪੂਰ ਬਣਾਇਆ ਜਾਵੇਗਾ। ਸਿਹਤ ਵਿਭਾਗ ਅਨੁਸਾਰ ਇਸ ਸਮੇਂ ਸੂਬੇ ਦੇ ਵਿੱਚ ਕੁੱਲ 949507 ਮਰੀਜ਼ ਸਰਕਾਰੀ ਅਤੇ ਨਿੱਜੀ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਦੇ ਹਨ। ਇਨ੍ਹਾਂ ਦੇ ਵਿੱਚ ਜ਼ਿਆਦਾਤਰ ਮਰੀਜ਼ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਘਰ ਰਹਿ ਲਈਆ ਜਾਂਦਾ ਹੈ। ਕੇਂਦਰਾਂ ਦੇ ਵਿੱਚ ਸਿਰਫ ਨਸ਼ੇ ਦੇ ਪ੍ਰਭਾਵਿਤ ਮਰੀਜ਼ਾਂ ਨੂੰ ਹੀ ਦਾਖਲ ਕਰਕੇ ਇਲਾਜ ਕੀਤਾ ਜਾਂਦਾ ਹੈ। ਇਹੀ ਆਂਕੜੇ ਇਹ ਵੀ ਦੱਸਦੇ ਹਨ ਕਿ ਸੂਬੇ ਵਿੱਚ ਨਸ਼ਿਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ लुधियाना जिले ਵਿੱਚ ਸਭ ਤੋਂ ਵੱਧ ਹੈ ਜਦਕਿ ਮੋਗਾ ਦੂਜੇ ਸਤਾਂ ਤੇ ਹੈ ਪਟਿਆਲਾ ਤੀਜੇ ਸਤਾਂ ਤੇ ਹੈ ਸੰਗਰੂਰ ਚੌਥੇ ਸਤਾਂ ਤੇ ਅਤੇ ਤਰਨਤਾਰਨ ਪੰਜਵੇਂ ਸਤਾਂ ਤੇ ਹੈ ਅਰਬ ਸਾਗਰ ਚ ਕਾਰੋਬਾਰੀ ਜਹਾਜ਼ਾਤੋ ਹੋ ਰਹੇ ਹਮਲਿਆ ਤੋਂ ਬਾਅਦ ਭਾਰਤ ਅਲਰਟ ਹੋ ਗਿਆ ਹੈ ਅਤੇ ਇਨ੍ਹਾਂ ਹਮਲਿਆਤੋ ਸੁਰੱਖਿਆ ਲਈ ਆਪਣੀ ਤਿਆਰੀ ਵਧਾ ਦਿੱਤੀ ਗਈ ਹੈ। ਭਾਰਤ ਨੇ ਅਰਬ ਸਾਗਰ ਚ ਲੰਬੀ ਦੂਰੀ ਤੱਕ ਨਿਗਰਾਨੀ ਅਤੇ ਟੋਹੀ ਜਹਾਜ਼ P81 ਤੋਂ ਇਲਾਵਾ ਜੰਗੀ ਜਹਾਜ਼ INS ਮੋਰਗਮਾਉ INS ਕੋਚੀ ਅਤੇ INS ਕੋਲਕੱਤਾ ਨੂੰ ਤਾਇਨਾਤ ਕਰ ਦਿੱਤਾ ਹੈ। 2 ਦਿਨ ਪਹਿਲਾਂ ਅਰਬ ਸਾਗਰ ਤੇ ਪੱਛਮੀ ਇਲਾਕੇ ਚ ਕਾਰੋਬਾਰੀ ਜਹਾਜ਼ MV ਕੇਮ ਪਲੂਟੋ ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਕਾਰੋਬਾਰੀ ਜਹਾਜ਼ ਜੇ ਬੰਬਈ بندرਗਾਹ ਪੁੱਜਤ ਤੋਂ ਬਾਅਦ ਨੇਵੀ ਦੀ ਟੀਮ ਨੇ ਸੋਮਵਾਰ ਨੂੰ ਨਿਰੱਖਣ ਕੀਤਾ। ਇਹ ਕਾਰੋਬਾਰੀ ਜਹਾਜ਼ ਨਿਊ ਮੰਗਲੌਰ ਪੋਰਟ ਜਾ ਰਿਹਾ ਸੀ। ਉਸ ਸਮੇਂ ਅਰਬ ਸਾਗਰ 'ਚ ਇਸ ਤੇ ਹਮਲਾ ਹੋਇਆ। ਭਾਰਤੀ ਨੇਵੀ ਨੇ ਕਿਹਾ ਕਿ ਇਹ ਹਮਲਾ ਕਿੱਤੋਂ ਹੋਇਆ ਅਤੇ ਇਸ ਲਈ ਕਿੰਨੀ ਮਾਤਰਾ 'ਚ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ, ਇਹ ਫੋਰੈਂਸਿਕ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਨੇਵੀ ਨੇ ਹੁਣ ਅਰਬ ਸਾਗਰ 'ਚ ਕਾਰੋਬਾਰੀ ਜਹਾਜ਼ਾਂ ਦੀ ਸੁਰੱਖਿਆ ਲਈ ਵੱਡਾ ਐਲਾਨ ਕੀਤਾ ਹੈ ਅਤੇ ਉਹਨਾਂ ਨੂੰ ਚੇਤ ਭਾਵ ਨਹੀਂ ਦਿੱਤੀ ਹੈ। ਉਸ ਚਾਰਜਵਾਦੀ ਹਮਲੇ ਤੋਂ ਬਾਅਦ ਇਨ ਪਿੰਡ ਵਾਸੀਆਂ ਦੀਆਂ ਸ਼ੱਕੀ ਹਾਲਾਤ ਮਿਲੀਆਂ ਲਾਸ਼ਾਂ ਕਾਰਨ ਪੈਦਾ ਹੋਏ ਹਾਲਤ ਨਾਲ ਜੱਠੜਲੀ ਫੌਜੀ ਪ੍ਰਸ਼ਾਸਨ ਇੱਕ ਬ੍ਰਿਗੇਡੀਅਰ ਇੱਕ ਕਰਨਲ ਤੇ ਇੱਕ ਲੈਫਟੇਨੈਂਟ ਕਰਨਲ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅਟੈਚ ਕਰ ਦਿੱਤਾ ਇਸ ਦੇ ਨਾਲ ਹੀ ਮਾਮਲੇ ਦੀ ਕੋਰਟ ਆਫ ਇਨਕੁਆਇਰੀ ਦੇ ਵੀ ਹੁਕਮ ਦਿੱਤੇ ਗਏ ਉਤ ਇਹ ਪੁਲਿਸ ਨੇ ਵੀ ਇਸ ਮਾਮਲੇ 'ਚ ਬੇਪਰਵਾਹ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਸੋਮਵਾਰ ਨੂੰ ਫੌਜ ਮੁਖੀ ਜਰਨਲ ਮਨੋਜ ਪਾਂਡੇ ਨੇ ਹਮਲੇ ਵਾਲੀ ਥਾਂ ਡੇਰਾ ਦੀ ਗਲੀ ਦਾ ਦੌਰਾ ਕੀਤਾ ਤੇ ਫੌਜ ਦੇ ਪੁਲਿਸ ਅਧਿਕਾਰੀ ਜਨਰਲ ਬੈਠ ਕੇ ਕਰਕੇ ਅੱਤਵਾਦੀਆਂ ਨੂੰ ਜੜੋ ਮਕਾਉਣ ਦੀ ਨੀਤੀ ਨੂੰ ਸਮੀਖਿਆ ਕੀਤੀ ਹੈ। ਉਹਨਾਂ ਨੇ ਅੱਤਵਾਦੀਆਂ ਪ੍ਰਤੀ ਸਿਫਰ ਸਹਿਨਸ਼ੀਲਤਾ ਤੇ ਜ਼ੋਰ ਦਿੰਦੇ ਹੋਏ ਕਿਸੇ ਵੀ ਸਥਿਤੀ 'ਚ ਆਮ ਲੋਕਾਂ ਦੇ ਜਾਨ-ਮਾਲ ਤੇ ਸਨਮਾਨ ਦੀ ਰੱਖਿਆ ਨੂੰ ਪਹਿਲ ਦੇਣ ਦਾ ਨਿਰਦੇਸ਼ ਦਿੱਤਾ। ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾ ਸਿੰਘ ਰਾਜੋਰੀ ਪੁੰਛ ਦਾਤੋਰਾ ਕਰਕੇ ਹਾਲਾਤ ਦੀ ਸਮੀਖਿਆ ਕਰਨਗੇ। ਦਿੱਲੀ ਹਾਈ ਕੋਰਟ ਨੇ ਮੰਨਿਆ ਕਿ ਪਤੀ ਨੂੰ ਜਨਤਕ ਤੌਰ ਤੇ ਪਰੇਸ਼ਾਨ ਅਤੇ ਅਪਮਾਨਿਤ ਕਰਨਾ ਬਹੁਤ ਜ਼ਿਆਦਾ क्रूरਤਾ ਦੇ ਘੇਰੇ ਵਿੱਚ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਇੱਕ ਪਤੀ ਜਾਂ ਪਤਨੀ ਦੇ ਅਕਸ ਨੂੰ ਜਨਤਕ ਤੌਰ ਤੇ ਖਰਾਬ ਕਰਨ ਲਈ ਜੀਵਨ ਸਾਥੀ ਵੱਲੋਂ ਲਾਏ ਗਏ ਲਾਪਰਵਾਹ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ क्रूरਤਾ ਤੋਂ ਸਿਵਾਏ ਕੁਝ ਨਹੀਂ ਹੈ। ਵਿਆਹੁਤਾ ਸੰਬੰਧ ਭਰੋਸੇ ਤੇ ਟਿਕਿਆ ਹੈ ਅਤੇ ਇੱਕ ਜੀਵਨ ਸਾਥੀ ਨਾਲ ਇਸ ਤਰ੍ਹਾਂ ਦੇ ਅਪਮਾਨਜਨਕ ਆਚਰਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਕਤ ਟਿੱਪਣੀ ਪਤੀ ਨੂੰ ਤਲਾਕ ਦੇਣ ਤੇ 30 ਹਜ਼ਾਰੀ ਦੀ ਪਰਿਵਾਰਿਕ ਅਦਾਲਤ ਦੇ ਕੱਤੀ ਕਸ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਮਹਿਲਾ ਦੀ ਪਟੀਸ਼ਨ ਦੇ ਕੀਤੀ ਗਈ ਹੈ ਜਸਟਿਸ ਸੁਰੇਸ਼ ਕੁਮਾਰ ਕੈਤ ਨੇ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਪੈਂਚ ਨੂੰ ਕਿਹਾ ਕਿ ਕੋਈ ਵੀ ਜਿਵੇਂ ਸਾਥੀ ਨਾ ਸਿਰਫ ਆਪਣੇ ਸਾਥੀ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਉਸ ਦਾ ਸਨਮਾਨ ਕਰੇ ਸੋ ਉਹ ਇਹ ਵੀ ਸੋਚਦਾ ਹੈ ਕਿ ਜ਼ਰੂਰਤ ਦੇ ਸਮੇਂ ਉਸ ਦੇ ਅਕਸ ਅਤੇ ਇੱਜ਼ਤ ਦੀ ਰੱਖਿਆ ਲਈ ਢਾਲ ਦੇ ਰੂਪ ਚ ਕੰਮ ਕਰੇ ਹਜ਼ਾਰਾਂ ਸਾਲ ਪਹਿਲਾਂ ਸਮੁੰਦਰ ਚ ਸਮਾ ਚੁਕੀ ਭਗਵਾਨ ਸ੍ਰੀ ਕਿਸ਼ਨ ਦੀ ਦਵਾਰਕਾ ਨਗਰੀ ਦੇ ਦਰਸ਼ਨ ਹੁਣ ਹਰ ਕੋਈ ਕਰ ਸਕੇਗਾ ਗੁਜਰਾਤ ਸਰਕਾਰ ਮੂਲ ਦਵਾਰਕਾ ਦੇ ਦਰਸ਼ਨਾਂ ਲਈ ਅਰਬ ਸਾਗਰ ਵਿੱਚ ਇੱਕ ਯਾਤਰੀ ਪੰਡੂਬੀ ਚਲਾਉਣ ਜਾ ਰਹੀ ਹੈ ਪੰਡੂਬੀ ਦਾ ਭਾਰ ਲਗਭਗ 35 ਟਨ ਹੋਵੇਗਾ ਇਸ ਵਿੱਚ ਇੱਕ ਵਾਰ ਇੱਕ ਵਾਰ ਵਿੱਚ 30 ਲੋਕ ਬੈਠ ਸਕਣਗੇ ਦੋ ਗੋਤਾਖੋਰ ਅਤੇ ਇੱਕ ਗਾਈਡ ਨਾਲ ਸਵਾਰ ਹੋਣਗੇ ਇਹ ਸਬ ਦੇਸ਼ੀ ਪੰਡੂਬੀ ਮੰਜਗਾਉ ਟੋਕ ਦੁਆਰਾ ਹੀ ਚਲਾਈ ਜਾਵੇਗੀ ਜੇ ਰਮ ਅਸ਼ਟਮੀ ਜਾਂ ਦੀਵਾਲੀ ਤੋਂ ਲਗਭਗ ਸ਼ੁਰੂ ਹੋਵੇਗੀ ਪੰਡੂਬੀ ਸਮੁੰਦਰ ਵਿੱਚ 300 ਫੁੱਟ ਠਾ ਚਾਹੇਗੀ ਇਸ ਰੂਪਾਂਚਕ ਯਾਤਰਾ ਵਿੱਚ ਦੋ ਤੋਂ 2 ਘੰਟੇ ਦਾ ਸਮਾਂ ਲੱਗੇਗਾ ਕਿਰਾਇਆ ਮਹਿੰਗਾ ਹੋਵੇਗਾ ਪਰ ਆਮ ਆਦਮੀ ਨੂੰ ਧਿਆਨ ਰੱਖਦੇ ਹੋਏ ਗੁਜਰਾਤ ਸਰਕਾਰ ਇਸ ਚ ਸਬਸਿਡੀ ਵਰਗੀਆਂ ਰਾਹਤਾਂ ਦੇ ਸਕਦੀ ਹੈ ਸੁਭਾ ਸਰਕਾਰ ਨੇ ਭਾਰਤ ਸਰਕਾਰ ਦੀ ਕੰਪਨੀ ਮੰਜਗਾਉਂ ਡੌਕ ਸ਼ਿਪਯਾਰਡ ਨਾਲ ਇੱਕ ਸਮਝੌਤਾ ਕੀਤਾ ਹੈ ਇਸ ਦਾ ਐਲਾਨ ਜਨਵਰੀ ਚ ਹੋਣ ਵਾਲੇ ਵਾਈਬਰੈਂਟ ਸਮਿਟ ਚ ਕੀਤਾ ਜਾਵੇਗਾ 35 ਟਨ ਵਜ਼ਨ ਵਾਲੀ ਪੰਡੂਬੀ 에ਅਰ ਕੰਡੀਸ਼ਨਰ ਹੋਵੇਗੀ ਇਸ ਵਿੱਚ ਇੱਕ ਮੈਡੀਕਲ ਕਿਟ ਵੀ ਹੋਵੇਗੀ ਆਪਰੇਟਿੰਗ ਏਜੰਸੀ ਯਾਤਿਆਂ ਨੂੰ ਆਕਸੀਜਨ ਮਾਸਕ ਫੇਸ ਮਾਸਕ ਕਟੇਸਕੂ ਬਾ ਡਰੈਸ ਪ੍ਰਦਾਨ ਕਰੇਗਾ ਉਹਨਾਂ ਦਾ ਕਿਰਾਇਆ ਟਿਕਟ ਵਿੱਚ ਸ਼ਾਮਲ ਹੋਵੇਗਾ ਇਸ ਵਿੱਚ ਕੁਦਰਤੀ ਰੋਸ਼ਨੀ ਦਾ ਪ੍ਰਬੰਧ ਹੋਵੇਗਾ ਸੰਚਾਰ ਪੰਨਾਲੀ ਅਤੇ ਵੀਡੀਓ ਕਾਨਫਰੰਸ ਵਰਗੀਆਂ ਸਹੂਲਤਾਂ ਵੀ ਹੋਣਗੀਆਂ ਪੰਡੂਬੀ ਵਿੱਚ ਬੈਠ ਕੇ ਵੀ ਤੁਸੀਂ ਸਾਹਮਣੇ ਵਾਲੀ ਸਕਰੀਨ ਤੇ ਅੰਦਰੂਨੀ ਹਰਕਤਾਂ ਜਾਨਵਰਾਂ ਆਦਿ ਨੂੰ ਦੇਖ ਕੇ ਅਤੇ ਰਿਕਾਰਡ ਕਰ ਸਕੋਗੇ ਇਸ ਵਿੱਚ ਇੱਕ ਸਮੇਂ 30 ਲੋਕ ਬੈਠਣਗੇ ਇਸ ਵਿੱਚ ਦੋ ਕਤਾਰਾਂ ਚ 24 ਯਾਤਰੀ ਬੈਠ ਸਕਣਗੇ ਅਤੇ ਬਾਕੀ ਦੋ ਪੰਡੂਬੀ ਚਾਲਕ ਦੋ ਗੋਤਾਖੋਰ ਇੱਕ ਗਾਈਡ ਅਤੇ ਇੱਕ ਟੈਕਨੀਸ਼ੀਅਨਸ ਮੌਜੂਦਾ ਹੋਣਗੇ ਹਰ ਸੀਟ ਤੇ ਖਿੜਕੀ ਰਾਹੀਂ ਕੋਈ ਵੀ ਯਾਤਰੀ 300 ਫੁੱਟ ਦੀ ਲੁੰਗਾਈ ਤੇ ਸਮੁੰਦਰ ਦੀ ਕੁਦਰਤੀ ਸੁੰਦਰਤਾ ਆਸਾਨੀ ਨਾਲ ਦੇਖ ਸਕੇਗਾ ਸਰਕਾਰ ਦੇਸ਼ ਦੇ ਧਾਰਮਿਕ ਅਤੇ ਸੱਭਿਆਚਾਰਕ ਸੈਰਸਪਾਟੇ ਉਦਯੋਗ ਨੂੰ ਵਧਾਉਣ ਦੇ ਲਈ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਕਾਸ਼ੀ ਵਿਸ਼ੂਮਨਾਥ ਕੋਰੀਡੋਰ ਮਹਾਕਾਲ ਲੋਕ ਅਯੋਧਿਆ ਗੇਦਾਨਾ ਸੋਮਨਾਥ ਅਤੇ ਦਵਾਰਕਾ ਕੋਰੀਡੋਰ ਇਸ ਪ੍ਰੋਜੈਕਟ ਦੇ ਮਹੱਤਵਪੂਰਨ ਹਿੱਸੇ ਹਨ ਦਵਾਰਕਾ ਕੋਰੀਡੋਰ ਅਧੀਨ ਪੰਡੂਕਬੀ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ ਅਰਬ ਸਾਗਰ ਵਿੱਚ ਸਭ ਤੋਂ ਵੱਡਾ ਕੇਬਲ ਬ੍ਰਿ ਵਿਚ ਇਹ ਬਣਾਇਆ ਜਾ ਰਿਹਾ ਹੈ ਜੋ ਜਨਮ ਅਸ਼ਮੀਅਤੇ ਆਸ-ਪਾਸ ਸ਼ੁਰੂ ਹੋਵੇਗਾ ਇਹ ਪੁਲ ਸਮੁੰਦਰ ਵਿੱਚ ਡੁੱਬੀ ਦਿਵਾਰਕਾ ਦੀਪਰ ਕਰਮਿਆ ਕਰਨ ਦਾ ਅਹਿਸਾਸ ਕਰਵਾਏਗਾ ਇਸਾਂ ਜੀ ਅੱਜੇ ਕੁਝ ਖਾਸ 94 ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿੰਦੇ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ ਫਿਲਹਾਲ ਅਲੀ ਸਰਬਿੰਦੋ ਇਜਾਜ਼ਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ